ਸਮਰੱਥਾ ਬਖਸ਼ੋ ਸ੍ਰੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿੱਤ ਆਵੇ ਨਾਨਕ ਨਾਮ
이틀라도 그림마다 하더라. 모르겠네. 드나마스인으로 사다군이 대사제 지토비도 안 하고 소원해. 지토비도 안 하고 कोई मित्र प्यारे ने फोन किया उसी साहब ने मैं समझता है कि साढ़े पिता उन्ना दी अंकल जी मैंने फरा दी मोरे ने अखीर दे विच मैं फिर ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਵੈਦੂ ਹੋਣ ਇਹ ਸੱਚੇ ਪਿਤਾ ਉਹ ਸ਼ਖਸੀਅਤ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ ਅਤੇ ਸਾਡੇ ਸਿਰ ਦੇ ਉੱਤੇ ਇਹ ਹੱਥ ਰੱਖੀ ਕਿ ਅਸੀਂ ਇਹ ਜਿਹੜੀਆਂ ਪੈੜਾਂ ਪਾਈਆਂ ਨੇ ਉਹਨਾਂ ਨੇ ਉਹਨਾਂ ਪੈੜਾਂ ਨੂੰ ਹੋਰ ਲਵੇਰਾ ਅੱਗੇ ਲਿਜਾਈਏ ਇਹੀ ਅਰਦਾਸ ਸਾਡੇ ਸਾਰੇ ਪਰਿਵਾਰ ਦੀ ਹੈ ਅਸੀਂ ਸਾਰਾ ਪਰਿਵਾਰ ਜਿੱਥੇ ਵੀ ਜਿਸ ਵੀ ਕਿਸੇ ਨੇ ਕੋਈ ਸਾਡੇ ਲਈ ਸਹਿਯੋਗ ਜਾਂ ਹੋਰ ਇਹ ਸੰਸਥਾ ਨੂੰ ਚਲਾਉਣ ਦਾ ਸੁਝਾਅ ਦੇਣਾ ਹੈ ਉੱਥੇ ਅਸੀਂ ਸਾਰਿਆਂ ਦਾ ਸਿਰ ਮੱਥੇ ਪ੍ਰਵਾਨ ਕਰਾਂਗੇ ਇੰਨਾ ਹੀ ਕਹਿੰਦਾ ਹੋਇਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਖ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਿ ਜ਼ਰੂਰ ਸਾਰੇ ਜਾਣੇ ਲੰਗਰ ਛੱਕ ਕੇ ਇੱਥੋਂ ਫਿਰ ਹੀ ਜਿੰਨਾ ਵੀ ਲੋੜ ਹੈ ਲੈ ਕੇ ਸਭ ਨੂੰ ਜਾਣਾ ਹੈ ਮੈਂ ਅਖੀਰ ਦੇ ਵਿੱਚ ਫਿਰ ਪਰਮਾਤਮਾ ਦੀ ਅਰਦਾਸ ਕਰਦਾ ਇਹ ਵਾਹਿਗੁਰੂ ਇਹ ਸੱਚੇ ਪਿਤਾ ਉਸ ਸ਼ਖਸੀਅਤ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਭਵੇਂ ਜਵਾਨ ਤੋਂ ਨਹੀਂ ਬੋਲ ਸਕੇ ਜਾ
श्री गुरु गोबिंद
ਸੱਚਿਆ ਬਾਜਾ ਵਾਲੇ ਪੰਥ ਦੇ ਰਾਖੇ ਸਾਧ ਖਾਇਓਰਾ ਦੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਦਰਸ਼ਨ ਦਰਾਂ ਦਾ ਧਿਆਨ ਦਾ ਖਾਲਸਾ ਸਾਹਿਬ ਉਹਨਾਂ ਦੀ ਸ੍ਰੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਾ ਖਾਲਸਾ ਸਾਹਿਬ ਉਹਨਾਂ ਦੀ ਸ੍ਰੀ ਜਿਹਨਾਂ ਗੁਰਮੁਖਾਂ ਨਾਮ ਜਪਿਆ ਮੰਡੀਆਂ ਤੇ ਚੜ੍ਹੇ ਬੰਦ ਬੰਦ ਕਟਵਾਇਆ ਸਿੱਖੀ ਸਿੱਧ ਕੇਸਾ ਖਾਲਸਾ ਸੰਗ ਨਿਭਾਇਆ ਤਿੰਨਾਂ ਸਿੰਘਾਂ ਸਿੰਘਾਂ ਧਿਆਨ ਦਾ ਖਾਲਸਾ ਸਾਹਿਬ ਉਹਨਾਂ ਦੀ ਸ੍ਰੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਸਰਬੱਤ ਖਾਲਸਾ ਵਾਹਿਗੁਰੂ 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 ਚੇਤਾ ਵੇ ਚੇਤੇ ਅਮਨ ਕਰ ਸਕਦਾ ਸਤ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਦੇਸ ਦੇ ਫਤਿਹ ਵਿੱਧ ਕੇ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਚੇਤਾ ਵੇ ਚੇਤੇ ਅਮਨ ਕਰ ਸਤਿਕਾਰ ਸਤ ਸੁਖ ਹੋਏ ਸੱਚੇ ਪਾਤਸ਼ਾਹ ਜੀ ਆਓ ਆਪ ਜੀ ਦੇ ਹਜ਼ੂਰ ਇਸ ਵੇਲੇ ਸਾਰੀ ਸੰਗਤ ਦੀ ਤਰਫੋਂ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਆਪ ਜੀ ਦੇ ਸਿੱਖ ਸੇਵਕ ਜਥੇਦਾਰ ਸੁਖੀ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਓ ਆਪ ਜੀ ਦੇ ਭੇਜੇ ਹੋਏ ਸੰਸਾਰ ਦੇ ਆਏ ਸਨ ਆਪ ਜੀ ਦੇ ਸੱਜੇ ਅੱਖਾਂ ਆਪ ਜੀ ਕੋਲ ਪਹੁੰਚ ਗਏ ਸੱਚੇ ਪਾਤਸ਼ਾਹ ਜੀ ਆਓ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਨਿਮਿਤ ਉਹਨਾਂ ਦੇ ਪਿਛਲੇ ਸਾਰੇ ਪਰਿਵਾਰ ਦੇ ਤਰਫੋਂ ਆਪ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਇਆ ਸੀ ਸੱਚੇ ਪਾਤਸ਼ਾਹ ਜੀ ਆਓ ਅੱਜ ਮੇਰੇ ਕੋਲ ਪਏ ਹਨ ਸਹਿਜ ਪਾਠਾਂ ਵਿੱਚ ਇਸ ਵੇਲੇ ਪੰਡਾਲ ਵਿੱਚ ਸੁਣ ਕੇ ਉਹ ਸੱਚੇ ਪਾਤਸ਼ਾਹ ਜੀ ਉਹ ਰਾਜੀਆਂ ਸਿੰਘਾਂ ਨੇ ਕੀਰਤਨ ਕੀਤਾ ਹੈ ਕੀਰਤਨ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਆਪਣੇ ਸੇਵਕਾਂ ਨੂੰ ਅੱਗੇ ਵਾਸਤੇ ਸ਼ੁੱਧ ਕੀਰਤਨ ਕਰਨ ਦੀ ਤਾਕਤ ਬਖਸ਼ਣੀ ਪਾਠੀ ਸਿੰਘਾਂ ਨੇ ਪਾਠ ਕੀਤਾ ਹੈ 8 ਦਿਨ ਕੋਈ ਗਲਤੀ ਹੋ ਗਈ ਹੋਵੇ ਪਾਠ ਕਰਦਿਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅੱਗੇ ਵਾਸਤੇ ਆਪਣੇ ਸੇਵਕਾਂ ਨੂੰ ਸ਼ੁੱਧ ਪਾਣੀ ਪੜਨ ਦੀ ਸ਼ੁੱਧ ਸੇਵਾ ਕਰਨ ਦੀ ਤਾਕਤ ਬਖਸ਼ਣੀ ਇਸ ਕੀਰਤਨ ਦਾ ਫਲ ਪਾਠ ਦਾ ਫਲ ਤੇ ਅਰਦਾਸ ਦਾ ਫਲ ਜਥੇਦਾਰ ਸੁਰਜੀਤ ਸਿੰਘ ਦੀ ਰੂਹ ਨੂੰ ਪ੍ਰਾਪਤ ਕਰਨਾ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਦੇ ਵਿੱਚ ਇਕਬਾਲ ਧਿਆਨ ਵੀ ਸੱਚ ਖਾਲੇ ਦਾ ਪ੍ਰਵਾਨ ਕਰਨੀ ਲੱਗਰ ਧਿਆਨ ਨੂੰ ਪ੍ਰਾਪਤੀ ਨਾਲ ਪਰਵਾਉਣਾ ਅੰਤ ਨੂੰ ਜਲਦੀ ਤਰ੍ਹਾਂ ਤੇ ਰੱਖਣਾ ਸੱਚੇ ਪਾਤਸ਼ਾਹ ਜੀ ਆਓ ਔਰ ਸੱਚੇ ਪਾਤਸ਼ਾਹ ਜੀ ਆਓ ਇਸ ਵੇਲੇ ਕੀਰਤਨ ਦੀ ਖੁਸ਼ੀ ਦੇ ਵਿੱਚ ਅੰਤਮ ਅਰਦਾਸ ਦੀ ਖੁਸ਼ੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਓ ਜੋ ਕਿ ਆਪ ਜੀ ਦੇ ਸੇਵਕ ਪਰਿਵਾਰ ਦੀ ਤਰਫੋਂ ਆਪ ਜੀ ਦੀਆਂ ਮਾਫੀਆਂ ਹੁਕਮਨਾਮਾ ਬਖਸ਼ੋ ਤੇ ਹੁਕਮਨਾਮੇ ਦੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਸਿੱਧਿਆਰੇ ਨਾਨਕ ਨਾਮ ਸਭ ਮਿਲੇਗੇ ਵਜੇ ਸਰ
तीसरी गल उन्होंने
ਕਿਹਾ ਕਿ ਜਿਸ ਥਾਂ ਦੇ ਉੱਤੇ ਆਪਾਂ ਇਹ ਪਵਿੱਤਰ ਜਗ੍ਹਾ ਦੇ ਉੱਤੇ ਇਸ ਗੁਰੂ ਘਰ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਸ਼ੁਰੂ ਕੀਤਾ, ਉਹ ਰਜ਼ਾ ਜਾਂ ਜੋ ਵੀ ਸਾਡੀ ਰੋਹ ਤਰੀਜ਼ ਹੈ ਸਿੱਖ ਕੌਮ ਦੀ, ਉਹਦੇ ਮੁਤਾਬਕ ਹੀ ਸਾਰਿਆਂ ਨੇ ਸਾਰੀ ਕਾਰਵਾਈ ਪੂਰੀ ਕਰਨੀ ਹੈ। ਇੱਕ ਵੱਡੀ ਗੱਲ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਕਿ ਕਿਸੇ ਨੇ ਰੋਣਾ ਨਹੀਂ। ਮੈਂ ਸਮਝਦਾ ਕਿ ਇਹੋ ਗੱਲਾਂ ਉਹਨਾਂ ਦੇ ਹੀ ਹਿੱਸੇ ਵਿੱਚ ਆਈਆਂ ਕਿ ਸਾਨੂੰ ਉਹਨਾਂ ਨੇ ਸਿੱਖਿਆ ਦਿੱਤੀ ਕਿ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਵੀ ਇਹੋ ਜਿਹੀ ਕਾਰਵਾਈ ਦੀ ਉਲੰਘਣਾ ਨਹੀਂ ਕੀਤੀ। ਮੈਂ ਉਹ ਸਮਝਦਾ ਇੱਕੋ ਮੂੰਹ 'ਤੇ ਸੱਚ ਕਹਿਣ ਵਾਲੇ ਇਨਸਾਨ ਅੰਦਰੋਂ ਬਾਹਰੋਂ ਇੱਕੋ ਹੀ ਇਨਸਾਨ, ਅੰਦਰੋਂ ਹੋਰ ਨਹੀਂ ਸਨ ਬਾਹਰੋਂ ਵੀ ਹੋਰ ਨਹੀਂ ਸਨ। ਉਹਨਾਂ ਦੀ ਮੈਂ ਬਹੁਤੀ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਜਿੰਨੇ ਸੁਨੇਹੀ ਤੁਸੀਂ ਆਏ ਹੋ, ਸਾਡੇ ਰਿਸ਼ਤੇਦਾਰ ਆਏ ਹੋ, ਮੇਰੇ ਮਿੱਤਰ ਆਏ ਹੋ, ਸਾਡੇ ਬਜ਼ੁਰਗਾਂ ਦੇ ਸਹਿਯੋਗੀ ਆਏ ਹੋ, ਸਾਡੇ ਰਿਸ਼ਤੇਦਾਰਾਂ ਦੇ ਸਾਰੇ ਹੀ ਰਿਸ਼ਤੇਦਾਰ ਆਏ ਹੋ, ਮੈਂ ਸਾਰੇ ਹੀ ਸੱਜਣਾਂ ਦਾ, ਚਾਹੇ ਉਹ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ, ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਨੇ ਸਾਡੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿ ਉਹ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਨੇ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਮੇਰੇ ਛੋਟੇ ਵੀਰ ਇਕਬਾਲ ਜਿਨ੍ਹਾਂ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਾਂਭਿਆ, ਸੇਵਾ ਕੀਤੀ, ਉਹ ਵੀ ਇੱਕ ਮਹਾਨ ਗੱਲ ਸੀ। ਉਹਨਾਂ ਨੇ ਬਹੁਤ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਅਤੇ ਬਾਅਦ ਦੇ ਵਿੱਚ ਅਸੀਂ ਸਾਰੇ ਹੀ ਪਰਿਵਾਰ ਨੇ ਉਹਨਾਂ ਨੇ ਸਾਥੋਂ ਸੇਵਾ ਨਹੀਂ ਲਈ। 13.5 ਸਾਲ ਕੈਂਸਰ ਨਾਲ ਪੀੜਿਤ ਮਰੀਜ਼, ਮੈਂ ਉਹ ਕਹਿਣਾ ਕਿ ਇੰਨੇ ਦਲੇਰ ਅਤੇ ਇੰਨੇ ਦ੍ਰਿੜ ਇਨਸਾਨ ਜੋ ਸਾਡੇ ਸਿੱਖਾਂ ਦੀਆਂ ਪੁਰਾਣੀਆਂ ਮਿਸਲਾਂ ਦੇ ਵਿੱਚੋਂ ਅਸੀਂ ਗੱਲ ਸੁਣਦੇ ਹਾਂ, ਤਾਂ ਉਹਨਾਂ ਥੋੜ੍ਹਾ ਜਿਹਾ ਪੈਰ ਉਹਨਾਂ ਦੇ ਉੱਤੇ ਧਰਿਆ। ਅਖੀਰਲੇ 12-15 ਦਿਨਾਂ ਦੇ ਵਿੱਚ ਜਦੋਂ ਅਸੀਂ ਡਾਕਟਰ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਵੀ ਇਹਨਾਂ ਦੀ ਜਿਹੜੀ ਉਮਰ ਹੁਣ ਬਹੁਤ ਘੱਟ ਰਹੇਗੀ, ਤਕਰੀਬਨ 1 ਮਹੀਨੇ ਤੋਂ ਪਹਿਲਾਂ। ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਸੁਬਹਾ ਸ਼ਾਮ ਗੁਰਦੁਆਰੇ ਸਾਈਕਲ 'ਤੇ ਜਾਂਦੇ ਨੇ, ਤੁਰ ਕੇ ਜਾਂਦੇ ਨੇ, ਇਹ ਕਿਵੇਂ ਗੱਲ ਹੋ ਸਕਦੀ ਹੈ? ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦਾ ਇਸ ਵੇਲੇ ਖੂਨ ਬਣਨਾ ਬਣ ਗਿਆ। ਇਹ ਬਿਮਾਰੀ ਹੈ ਜਿਹੜੀ ਉੱਤੋਂ ਦੀ ਪੈ ਚੱਲੀ ਹੈ, ਹੁਣ ਆਪਣੇ ਕੋਲ ਕੋਈ ਇਲਾਜ ਨਹੀਂ। ਮੈਂ ਕਹਿਣਾ ਵੀ ਉਹ ਡਾਕਟਰ ਵੀ ਧੰਨ ਸਨ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਵਧੀਆ ਗਾਈਡੈਂਸ ਦਿੱਤੀ ਕਿ ਤੁਸੀਂ ਇਹਨਾਂ ਨੂੰ ਕਿਤੇ ਲੈ ਕੇ ਨਹੀਂ ਜਾਣਾ, ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਬਚਾ ਨਹੀਂ ਸਕਦੀ। ਪਰ ਉਹ 12 ਦਿਨਾਂ ਦੇ ਵਿੱਚ ਜਦੋਂ ਬਿਮਾਰ ਰਹੇ, ਇੱਕ ਉਹ ਇਨਸਾਨ ਸਨ ਇਹ ਕਿ ਜਿਨ੍ਹਾਂ ਨੇ ਕਦੇ ਵੀ ਅੱਖਾਂ ਦੇ ਵਿੱਚ ਅੰਜੂ ਨਹੀਂ ਲਿਆਉਂਦੇ, ਜੇ ਵੀ ਕੋਈ ਮਿਲਣ ਆਉਂਦਾ ਉਹਨਾਂ ਦੇ ਨਾਲ ਗੱਲ ਕਰਦਾ ਤਾਂ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕਰਨੀ ਕਿ ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਸਾਰਿਆਂ ਨੇ ਉਹਦੀ ਰਜ਼ਾ ਦੇ ਵਿੱਚ ਹੀ ਚੱਲਣਾ। ਅਖੀਰ ਮਰਨ ਤੱਕ ਉਹਨਾਂ ਨੇ ਕੈਂਸਰ ਦੀ ਇੰਨੀ ਭਿਆਨਕ ਬਿਮਾਰੀ ਦੇ ਬਾਵਜੂਦ ਕਦੇ ਵੀ ਕੋਈ ਇਹੋ ਜਿਹੀ ਲਾਮਤ ਨਹੀਂ ਆਈ ਕਿ ਪਿਸ਼ਾਬ ਲੈਟਰਨ ਜਾਂ ਆਮ ਤੌਰ 'ਤੇ ਜਦੋਂ ਵੱਡਾ ਇਸ ਕਿਸਮ ਦਾ ਮਰੀਜ਼ ਹੁੰਦਾ ਹੈ ਤਾਂ ਇਹ ਸਮੱਸਿਆ ਆ ਜਾਂਦੀ ਹੈ। ਡਾਕਟਰ ਸਾਹਿਬ ਨੇ ਵੀ ਸਾਨੂੰ ਦੱਸਿਆ ਸੀ, ਮੈਂ ਇਹ ਕਹਿੰਦਾ ਕਿ ਉਹ ਉਹਨਾਂ ਦੇ ਉੱਤੇ
ਗੁਰੂ ਸਾਹਿਬਾਨ ਦੀ ਇਹ ਬਹੁਤ ਵੱਡੀ ਮਿਹਰ, ਬਹੁਤ ਵੱਡਾ ਹੱਕ ਸੀ ਅਤੇ ਉਹਨਾਂ ਨੇ ਮਰਨ ਤੱਕ ਜਿੱਥੇ ਗੁਰਬਾਣੀ ਦਾ ਪ੍ਰਵਾਹ ਚਲਾਇਆ ਆਪਣੇ ਕੰਨ ਦੇ ਨਾਲ, ਹਮੇਸ਼ਾ ਹੀ ਗੁਰਬਾਣੀ ਨੂੰ ਸੁਣਿਆ ਅਤੇ ਉਹਨਾਂ ਦੇ ਚਿਹਰੇ ਦੇ ਉੱਤੇ ਪੜਿਆ ਗਿਆ ਜਿਹੜਾ ਕਿ ਅਸੀਂ ਬਹੁਤ ਨੇੜੇ ਸੀ ਅਤੇ ਉਹਨਾਂ ਦੇ ਜਾਣ ਲਈ ਜਾਂ ਉਹਨਾਂ ਨੇ ਗੁਰੂ ਕੋਲ ਜਾਣ ਦੇ ਲਈ ਮੈਂ ਕਹਿੰਦਾ ਉਹ ਖੁਸ਼ ਹੋ ਕੇ ਸਾਡੇ ਕੋਲ ਗਏ ਹੈ। ਅਸੀਂ ਖੁਸ਼ਕਿਸਮਤ ਹੈ ਕਿ ਉਹਨਾਂ ਦੇ ਸਾਰਾ ਪਰਿਵਾਰ ਅਤੇ ਇੱਕ ਇਹੋ ਜਿਹੀ ਸ਼ਖਸੀਅਤ, ਇਹੋ ਜਿਹੇ ਪਿਤਾ, ਮੈਂ ਸਮਝਦਾ ਕਿ ਸਾਰਾ ਸਮੈਲ ਸੱਚ ਬੋਲਣ ਵਾਲੇ ਗੁਰੂ ਦੀ ਰਜਾ ਦੇ ਵਿੱਚ ਚੱਲਣ ਵਾਲੇ ਉਹ ਨਿਸ਼ਾਨ, ਜਦੋਂ ਅਸੀਂ ਇੱਥੇ ਪੱਠੇ 'ਤੇ ਮੇਰੇ ਕੋਲ ਆਏ ਤਾਂ ਮੈਨੂੰ ਕਹਿੰਦੇ ਆਪਣੀ ਇਸ ਜ਼ਮੀਨ ਦੇ ਵਿੱਚ ਮੈਂ ਗੁਰੂ ਘਰ ਉਸਾਰਨਾ ਚਾਹੁੰਦਾ, ਜਿੱਥੇ ਗਰੀਬ ਬੱਚਿਆਂ ਨੂੰ ਵੀ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ ਅਤੇ ਨਾਲ ਗੁਰੂ ਦੀ ਬਾਣੀ ਦੇ ਨਾਲ ਵੀ ਜੋੜਨਾ ਚਾਹੁੰਦੇ ਹਾਂ। ਤਾਂ ਉਹਨਾਂ ਨੇ ਜਿਹੜੇ ਥਾਂ ਦੇ ਉੱਤੇ ਆਤਮਾ ਦੀ ਰਜਾ, ਇਹ ਪਤਾ ਨਹੀਂ ਇਸ ਥਾਂ ਦੇ ਉੱਤੇ ਹੋਰ ਕਿੰਨੀ ਅਤੇ ਕਿੰਨੇ ਵਧੀਆ ਹੋਰ ਗੱਲਾਂ ਹੋਣੀਆਂ ਨੇ ਉਹ ਤਾਂ ਪਰਮਾਤਮਾ ਹੀ ਜਾਣਦਾ। ਪਰ ਅਸੀਂ ਪਰਿਵਾਰ ਇਹ ਸਮਝਦੇ ਹਾਂ ਕਿ ਸਾਡੀ ਕੋਈ ਇਹ ਇੰਝੀ ਜਾਇਦਾਦ ਨਹੀਂ ਹੈ, ਇਹ ਜਾਇਦਾਦ ਆਪਣੇ ਸਾਰੇ ਹੀ ਜਿੰਨੇ ਆਸੇ ਪਾਸੇ ਪਿੰਡ ਨੇ ਜਾਂ ਇਹ ਹੁਣ ਗੁਰੂ ਨੂੰ ਸਮਰਪਿਤ ਇਹ ਥਾਂ ਹੈ, ਜੋ ਵੀ ਗੁਰੂ ਚਾਹੂਗਾ ਅਸੀਂ ਕੁਛ ਵੀ ਨਹੀਂ ਕਰ ਸਕਦੇ, ਸਾਰੇ ਰਲ ਕੇ ਆਪਾਂ ਇਸ ਨੂੰ ਅੱਗੇ ਵਧਾਉਣਾ ਹੈ, ਸੱਚ ਦੀ ਗੱਲ ਕਰਨੀ ਹੈ ਅਤੇ ਸੱਚ ਦੀ ਗੱਲ ਉਹ ਕਰਕੇ ਗਏ ਨੇ। ਤਾਂ ਮੈਂ ਬਹੁਤਾ ਲੰਮਾ ਸਮਾਂ ਨਾ ਲੈਂਦਾ ਹੋਇਆ ਅੱਜ ਆਪਣੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ, ਜਿੱਥੇ ਤੁਸੀਂ ਅੱਜ ਸਾਡੇ ਵਿੱਚ ਦੁੱਖ ਵਟਾਉਣ ਆਏ ਹੋ, ਬਹੁਤ ਬਹੁਤ ਧੰਨਵਾਦ ਕਰਦਾ। ਅਸੀਂ ਜੋ ਸੋਚਿਆ ਸੀ ਉਹੀ ਸਮੇਂ ਦੇ ਮੁਤਾਬਕ ਅਸੀਂ ਸਾਰੀ ਕਾਰਵਾਈ ਕੀਤੀ। ਸਾਡੇ ਰਾਗੀ ਸਿੰਘਾਂ ਨੇ ਗੁਰੂ ਦੇ ਨਾਲ ਸਾਨੂੰ ਜੋੜਿਆ, ਅਸੀਂ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ। ਬਾਬਾ ਜੀ ਨੇ ਸਾਡੇ ਪਿਤਾ ਜੀ ਬਾਰੇ ਗੱਲ ਕੀਤੀ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਮੈਂ ਸਾਡੇ ਇੱਥੋਂ ਦੇ ਗ੍ਰੰਥੀ ਜੋ ਕਿ ਬਹੁਤ ਸਾਡੇ ਬਜ਼ੁਰਗਾਂ ਦੇ ਬਰਾਬਰ ਨੇ, ਸਤਿਕਾਰਯੋਗ ਨੇ, ਉਹਨਾਂ ਦਾ ਵੀ ਅਸੀਂ ਬਹੁਤ ਇੱਥੇ ਧੰਨਵਾਦ ਕਰਦੇ ਹਾਂ। ਸਾਡੇ ਵਿੱਚ ਵੱਖ ਵੱਖ ਪਿੰਡਾਂ ਦੀਆਂ ਸਾਰੇ ਹੀ ਸਰਪੰਚ ਪੰਚ ਸਤਿਕਾਰਯੋਗ ਸ਼ਖਸੀਅਤਾਂ, ਉਹਨਾਂ ਦੇ ਪੁਰਾਣੇ ਸਾਥੀ, ਉਹਨਾਂ ਦੇ ਪੁਰਾਣੇ ਭੱਠੇ ਦੇ ਸਾਥੀ, ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਜੋ ਕਿ ਡੇਰੇ ਦੇ ਮੁੱਖ ਪ੍ਰਬੰਧਕ ਨੇ ਉਹ ਚਲੇ ਗਏ ਨੇ, ਹੋਰ ਸਿਆਸੀ ਲੀਡਰ ਸਾਹਿਬਾਨ ਸਾਡੇ ਵਿੱਚ, ਸਾਡੇ ਬੀਬਾ ਜੀ ਮੈਂ ਜਿਹਨਾਂ ਦਾ ਬਹੁਤ ਸਤਿਕਾਰ ਕਰਦਾ, ਬੀਬੀ ਪਰਮਜੀਤ ਕੌਰ ਜੀ MP, ਸਰੂਪ ਚੰਦ ਸਿੰਗਲਾ ਜੀ, ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ, ਸੁਖਬੀਰ ਸਿੰਘ ਜੀ ਬਾਦਲ, ਬੀਬੀ ਹਰਸਿਮਰਜੀਤ ਕੌਰ ਜੀ ਬਾਦਲ ਅਤੇ ਹੋਰ ਸਾਰਿਆਂ ਨੇ ਜਿਹਨਾਂ ਦੇ ਨਾਲ ਸਾਡੇ ਨਾਲ ਦੁੱਖ ਸਾਂਝਾ ਕੀਤਾ, ਮੈਂ ਉਹਨਾਂ ਦਾ ਸਾਰਿਆਂ ਦਾ ਜੋ ਸੋਗ ਸਮਾਗਮ ਜਾਂ ਸੋਗ ਅਤੇ ਆਏ ਨੇ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸ਼ਰੀਕ ਹੋਏ ਹੋ, ਮੈਂ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਰੇ ਇੱਥੇ ਦੁੱਖ ਘਟਾਉਣ ਦੇ ਲਈ ਆਏ ਹੋ। ਉੱਥੇ ਮੈਂ ਬੇਨਤੀ ਕਰਦਾ ਕਿ ਉਹਨਾਂ ਦੀ ਉਹਨਾਂ ਨੇ ਸਾਨੂੰ ਬੇਨਤੀ ਕਰੀ ਸੀ ਕਿ ਲੰਗਰ ਸਾਰਿਆਂ ਨੂੰ ਛੱਕ ਕੇ ਜਾਣ ਦੇਣਾ, ਇਸ ਕਰਕੇ ਮੈਂ ਜਿੱਥੇ ਇਹ ਬੇਨਤੀ ਕਰੂੰਗਾ
ਕਿ ਜਿੰਨੇ ਵੀ ਲੋੜ ਹੈ ਉਹਦੇ ਮੁਤਾਬਕ ਲੰਗਰ ਚਾਹ ਪਾਣੀ ਹਰ ਇੱਕ ਲਈ ਛੱਕ ਕੇ ਜਾਣਾ। ਬਹੁਤਿਆਂ ਨੂੰ ਮੈਂ ਦੇਖਿਆ ਕਿ ਸਾਡੇ ਉਹਨਾਂ ਬਜ਼ੁਰਗਾਂ ਦੇ ਪੁਰਾਣੇ ਸਾਥੀ ਉਹ ਆਏ ਹੋਏ ਨੇ, ਉਹਨਾਂ ਨੇ ਵੀ ਜਦੋਂ ਕਿਤੋਂ ਸੁਣਿਆ ਜਾਂ ਗੱਲ ਕਰੀ ਤਾਂ ਉਹ ਆਏ। ਅਖੀਰ ਦੇ ਵਿੱਚ ਮੈਂ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਵਾਹਿਗੁਰੂ ਹੋਰ ਇਹ ਸੱਚੇ ਪਿਤਾ ਉਹ ਸ਼ਖਸੀਅਤ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ ਅਤੇ ਸਾਡੇ ਸਿਰ ਦੇ ਉੱਤੇ ਇਹ ਹੱਥ ਰੱਖੀ ਕਿ ਅਸੀਂ ਜਿਹੜੀਆਂ ਪੈੜਾਂ ਪਾਈਆਂ ਨੇ ਉਹਨਾਂ ਨੇ ਉਹਨਾਂ ਪੈੜਾਂ ਨੂੰ ਹੋਰ ਲਵੇਰਾ ਅੱਗੇ ਲਿਜਾਈਏ। ਇਹੀ ਅਰਦਾਸ ਸਾਡੇ ਸਾਰੇ ਪਰਿਵਾਰ ਦੀ ਹੈ। ਅਸੀਂ ਸਾਰਾ ਪਰਿਵਾਰ ਜਿੱਥੇ ਵੀ ਜਿਸ ਵੀ ਕਿਸੇ ਨੇ ਕੋਈ ਸਾਡੇ ਲਈ ਸਹਿਯੋਗ ਜਾਂ ਹੋਰ ਇਹ ਸੰਸਥਾ ਨੂੰ ਚਲਾਉਣ ਦਾ ਸੁਝਾਓ ਦੇਣਾ ਹੈ ਉੱਥੇ ਅਸੀਂ ਸਾਰਿਆਂ ਦਾ ਸਿਰ ਮੱਥੇ ਪ੍ਰਵਾਨ ਕਰਾਂਗੇ। ਇੰਨਾ ਹੀ ਕਹਿੰਦਾ ਹੋਇਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦੇਖ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਿ ਜ਼ਰੂਰ ਸਾਰੇ ਜਾਣੇ ਲੰਗਰ ਛੱਕ ਕੇ ਇੱਥੋਂ ਫਿਰ ਹੀ ਜਿੰਨਾ ਵੀ ਲੋੜ ਹੈ ਲੈ ਕੇ ਸਭ ਨੂੰ ਜਾਣਾ। ਮੈਂ ਅਖੀਰ ਦੇ ਵਿੱਚ ਫਿਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਵਾਹਿਗੁਰੂ ਇਹ ਸੱਚੇ ਪਿਤਾ ਉਸ ਸ਼ਖਸੀਅਤ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰ ਲਓ ਭਾਈ ਇੱਧਰ ਆ ਜਾਈ ਚਲੋ।